ਏਟੀਐਮ ਬਦਲ ਕੇ ਠੱਗ ਕਰ ਗਿਆ ਖਾਤਾ ਖਾਲੀ। ਵੇਖੋ ਕਿਵੇਂ ਇਸ ਲੜਕੀ ਨੂੰ ਠੱਗ ਗਿਆ ਚੋਰ। ਲੱਖਾਂ ਦੀ ਠੱਗੀ ਸੀਸੀਟੀਵੀ 'ਚ ਹੋਈ ਕੈਦ। ਦੱਸਦੇ ਕਿ ਲਗਾਤਾਰ ਚੋਰ ਅਤੇ ਠੱਗ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਤੇ ਇਸ ਵਾਰ ਠੱਗ ਵੱਲੋਂ ਇੱਕ ਲੜਕੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿ ਏਟੀਐਮ ਦੇ ਵਿੱਚ ਇੱਕ ਲੜਕੀ ਆਪਣੀ ਮਾਤਾ ਦੇ ਨਾਲ ਖੜੀ ਹੁੰਦੀ ਹੈ ਤੇ ਮੌਕੇ ਤੇ ਇਹ ਠੱਗ ਵੀ ਖੜਾ ਹੁੰਦਾ ਤੇ ਇਸ ਵੱਲੋਂ ਬੜੀ ਚਲਾਕੀ ਦੇ ਨਾਲ ਉਸ ਲੜਕੀ ਨਾਲ ਏਟੀਐਮ ਬਦਲ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਇਸ ਵੱਲੋਂ ਅਲੱਗ ਅਲੱਗ ਏਟੀਐਮਾਂ ਦੇ ਵਿੱਚ ਜਾ ਕੇ 4,85,000 ਰੁਪਏ ਦੇ ਕਰੀਬ ਨਕਦੀ ਕਢਵਾ ਲਈ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਸ ਠੱਗੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਦੇ ਕਿ ਮਾਮਲਾ ਮਾਨਸਾ ਦੇ ਪਿੱਕੀ ਪਿੰਡ ਦਾ ਹੈ, ਜਿੱਥੇ ਸ਼ਾਤਰ ਚੋਰਾਂ ਵੱਲੋਂ ਲੱਖਾਂ ਦੀ ਠੱਗੀ ਮਾਰੀ ਗਈ ਹੈ, ਜਿੱਥੇ ਸੁਖਵੰਤ ਕੌਰ ਆਪਣੀ ਧੀ ਦੇ ਨਾਲ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਜਾਂਦੀ ਹੈ ਤੇ ਉੱਥੇ ਦੋ ਠੱਗ ਮੌਜੂਦ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਠੱਗ ਕੈਮਰੇ ਦੇ ਵਿੱਚ ਵੀ ਕੈਦ ਹੋਇਆ ਹੈ, ਜੋ ਕਿ ਬੜੀ ਸ਼ਾਤਰ ਤਰੀਕੇ ਦੇ ਨਾਲ ਉਸ ਲੜਕੀ ਨਾਲ ਏਟੀਐਮ ਬਦਲ ਲੈਂਦਾ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਦੀ ਹੈ ਕਿ ਠੱਗਾਂ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਏਟੀਐਮ ਬਦਲ ਲਿਆ ਗਿਆ, ਜੋ ਕਿ ਲੜਕੀ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਆਈ ਸੀ ਤਾਂ ਬੜੀ ਚਲਾਕੀ ਦੇ ਨਾਲ ਇਹ ਠੱਗ ਹੈ ਜਿਹੜਾ ਲੜਕੀ ਦੇ ਨਾਲ ਏਟੀਐਮ ਬਦਲ ਲੈਂਦਾ, ਜਿਸ ਤੋਂ ਬਾਅਦ ਵੱਖ ਵੱਖ ਏਟੀਐਮਾਂ ਦੇ ਵਿੱਚ ਜਾ ਕੇ ਇਸ ਵੱਲੋਂ 4,85,000 ਰੁਪਏ ਦੇ ਕਰੀਬ ਨਕਦੀ ਕਢਵਾ ਲਈ ਜਾਂਦੀ ਹੈ ਅਤੇ ਜਦੋਂ ਇਸ ਠੱਗੀ ਦਾ ਪਤਾ ਪਰਿਵਾਰ ਨੂੰ ਚੱਲਦਾ ਹੈ ਤਾਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਛਲੇ ਸ਼ਨੀਵਾਰ ਨੂੰ ਮਿਤੀ 9/12/2023 ਦਾ ਦਿਨ ਸੀ ਅਤੇ ਮੇਰੀ ਭਰਜਾਈ ਸੁਖਵੰਤ ਕੌਰ ਅਤੇ ਉਹਦੀ ਬੇਟੀ ਏਟੀਐਮ HDFC ਬੈਂਕ ਦੇ ਵਿੱਚ ਗਏ, ਪਰ ਉੱਥੇ ਅਣਪਛਾਤੇ ਦੋ ਵਿਅਕਤੀਆਂ ਵੱਲੋਂ ਉਹਨਾਂ ਦੇ ਏਟੀਐਮ ਧੱਕੇ ਨਾਲ ਐਕਸਚੇਂਜ ਕਰ ਲਿਆ ਅਤੇ ਉਸ ਦੇ ਵਿੱਚੋਂ 4,85,000 ਦੀ ਧੋਖਾਧੜੀ ਔਨਲਾਈਨ ਦੇ ਅਤੇ ਕੈਸ਼ ਦੇ ਰੂਪ ਵਿੱਚ ਉਸਦੇ ਬੈਂਕ 'ਚੋਂ ਕਢਾ ਲਈ ਗਈ। ਪਿਛਲੇ ਇੱਕ ਹਫ਼ਤੇ ਦੇ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਪੁਲਿਸ ਵੱਲੋਂ ਕੋਈ ਵੀ ਇਸ ਸੰਬੰਧੀ ਕਿਸੇ ਦੀ ਅਰੈਸਟ ਨਹੀਂ ਕੀਤਾ ਗਿਆ, ਨਾ ਹੀ ਜਿਸ ਔਨਲਾਈਨ ਟ੍ਰਾਂਜੈਕਸ਼ਨ ਰੋਹਿਤ ਕੌਸ਼ਿਕ ਨਾਂ ਦੇ ਖਾਤੇ ਵਿੱਚ ਇਹ ਅਮਾਊਂਟ ਟ੍ਰਾਂਸਫਰ ਹੋਈ ਹੈ। ਹਾਲੇ ਤੱਕ ਉਹ ਖਾਤੇ ਦਾ ਜਿਹੜਾ ਅਸਲੀ ਮਾਲਕ ਹੈ ਅਤੇ ਉਹਦਾ ਪਤਾ ਉਸਦਾ ਵੀ ਨਹੀਂ ਪਤਾ ਲੱਗਿਆ ਅਤੇ ਨਾ ਹੀ ਇਹ ਜ਼ਿੰਮੇਵਾਰੀ HDFC ਬੈਂਕ ਮੈਨੇਜਰ ਜਾਂ HDFC ਦੇ ਕੋਈ ਸਟਾਫ ਲੈ ਰਿਹਾ ਵੀ ਹਾਲੇ ਤੱਕ ਉਹ ਆਪਣੀਆਂ ਕਹਿੰਦੇ ਵੀ ਅਸੀਂ ਪ੍ਰੋਸੈਸ ਦੇ ਥਰੂ ਕਰਾ ਰਹੇ ਹਾਂ, ਕੋਈ ਮੇਲ ਕਰ ਰਿਹਾ, ਕੋਈ ਕੁਛ ਕਰ ਰਿਹਾ, ਪਰ ਸਾਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਕਿਉਂਕਿ ਜੇਕਰ ਬੰਦਾ ਫੜਿਆ ਜਾਊਗਾ ਤਾਂ ਹੀ ਸਾਡੀ ਰਕਮ ਵਾਪਸ ਆਊਗੀ। ਅਸੀਂ ਤੁਹਾਡੇ ਚੈਨਲ ਰਾਹੀਂ ਪੰਜਾਬ ਭੀਖੀ ਦੇ ਸਮੂਹ ਅਤੇ ਮਾਨਸਾ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਹਾਂ ਵੀ ਲੋਕ ਵੱਡੇ ਗੈਂਗ ਦੇ ਰੂਪ ਵਿੱਚ ਤੁਰੇ ਫਿਰਦੇ ਨੇ ਜਿਹੜੇ ਲੋਕਾਂ ਨਾਲ ਧੋਖਾਧੜੀ ਕਰਦੇ ਨੇ। ਉਸ ਤੋਂ 2-3 ਦਿਨਾਂ ਬਾਅਦ ਇੱਕ ਹੋਰ ਗੁਰਨੇ ਦੇ ਇੱਕ ਗਰੀਬ ਲੋਕਾਂ ਤੋਂ ਟ੍ਰਾਂਸਫਰ ਹੋਏ ਇਹੀ ਕਾਂਡ ਐਕਸਚੇਂਜ ਕਰਕੇ ਏਟੀਐਮ ਤੇ 40,000 ਰੁਪਇਆ ਉਹੀ ਰੋਹਿਤ ਕੌਸ਼ਿਕ ਦੇ ਨਾਂ ਤੇ ਟ੍ਰਾਂਸਫਰ ਹੋਇਆ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਦੇ ਸੰਬੰਧੀ ਅਸੀਂ ਇੱਕ FIR ਵੀ ਕਰਾਈ ਜਿਸ ਦਾ ਨੰਬਰ 284 ਹੈ, ਪਰ ਅਸੀਂ ਹੁਣ ਵੀ ਮਿਲ ਕੇ ਆਏ ਹਾਂ SHO ਸਾਹਿਬ ਨੂੰ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਪਰ ਸਾਨੂੰ ਹਾਲੇ ਤੱਕ ਕੋਈ ਸੰਤੁਸ਼ਟੀ ਨਹੀਂ ਵੀ ਜਦੋਂ ਤੱਕ ਜਿਹੜੇ ਲੋਕ ਨੇ ਧੋਖਾਧੜੀ ਕੀਤੀ ਹੈ ਮੇਰੇ ਭਰਾ ਨਾਲ ਤਾਂ ਉਹਨਾਂ ਨੂੰ ਹਾਲੇ ਤੱਕ ਕੋਈ ਵੀ ਫੜਿਆ ਨਹੀਂ ਗਿਆ। ਸੋ ਮੈਂ ਆਪ ਦੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਵੀ ਤੁਰੰਤ ਤੇਜ਼ੀ ਨਾਲ ਇਸ ਇੱਕ ਕਿਉਂਕਿ ਵੱਡੀ ਅਮਾਊਂਟ ਹੈ, 5,00,000 ਰੁਪਇਆ ਥੋੜ੍ਹਾ ਨਹੀਂ ਹੁੰਦਾ, ਇੱਕ ਗਰੀਬ ਪਰਿਵਾਰ ਨਾਲ ਇਹ ਵੱਡਾ ਧੋਖਾ ਹੋਇਆ ਵੀ ਉਹਨੂੰ ਜਲਦੀ ਤੋਂ ਜਲਦੀ ਜਿਹੜੇ ਇਹ ਕਾਂਡ ਦੇ ਵਿੱਚ ਸਾਜ਼ਿਸ਼ ਤਹਿਤ ਲੋਕ ਸ਼ਾਮਲ ਨੇ ਉਹਨਾਂ ਨੂੰ ਫੜਿਆ ਜਾਵੇ ਅਤੇ ਸਾਡੀ ਰਕਮ ਸਾਡੇ ਖਾਤੇ ਵਿੱਚ ਪਾਈ ਜਾਵੇ।
ਇਹ ਪਿਛਲੇ ਦਿਨੀ ਸੁਖਵੰਤ ਕੌਰ ਵਾਰਡ ਨੰਬਰ 10 ਭੀਖੀ ਆਪਣੀ ਲੜਕੀ ਨੂੰ ਨਾਲ ਲੈ ਕੇ ਏਟੀਐਮ ਤੋਂ ਪੈਸੇ ਕਢਾਉਣ ਗਈ ਸੀ ਬੈਂਕ ਦੇ ਵਿੱਚੋਂ। ਸੁਖਵੰਤ ਕੌਰ ਆਪ ਬਾਹਰ ਖੜ ਗਈ, ਉਹਨੇ ਆਪਣੀ ਲੜਕੀ ਨੂੰ ਅੰਦਰ ਭੇਜਤਾ ਸੀਗਾ। ਉੱਥੇ ਇੱਕ ਛਤਰਜਨ ਦਿਮਾਗ ਦਾ ਵਿਅਕਤੀ ਉਹਦੇ ਲੜਕੀ ਦੇ ਪਿੱਛੇ ਗਿਆ, ਉਹਨੂੰ ਮਤਲਬ ਉਹਦੇ ਨਾਲ ਜਿਹੜਾ ਉਹਦਾ ਏਟੀਐਮ ਉਹਨੇ ਚੇਂਜ ਕਰ ਲਿਆ। ਏਟੀਐਮ ਚੇਂਜ ਕਰਕੇ ਉਹਨੇ ਵੱਖ ਵੱਖ ਥਾਵਾਂ ਤੋਂ ਇਹਨਾਂ ਦੇ ਕਾਫੀ ਪੈਸੇ ਜਿਹੜੇ ਏਟੀਐਮ ਚੋਂ ਕਢਵਾ ਲਏ ਅਤੇ ਉਹਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 284/23/420-120 ਵੀ IPC ਦਰਜ ਕਰ ਲਿਆ ਹੈਗਾ ਅਤੇ ਵੱਖ ਵੱਖ ਥਾਵਾਂ ਤੋਂ ਜਿੱਥੋਂ ਸਾਨੂੰ ਉਹਨਾਂ ਦੇ ਕੋਈ ਮੈਸੇਜ ਆ ਨਹੀਂ ਕਢਾਉਣ ਦੇ ਉੱਥੋਂ ਅਸੀਂ ਫੁਟੇਜ ਇਕੱਠੀ ਕਰ ਲਈ ਹੈਗੀ। ਜਲਦੀ ਤੋਂ ਜਲਦੀ ਇਹਨੂੰ ਟਰੇਸ ਕਰਕੇ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਜਾਵੇਗਾ। ਅਤੇ ਮੈਂ ਇਸ ਗੱਲ ਬਾਰੇ ਆਮ ਲੋਕਾਂ ਨੂੰ ਵੀ ਸੂਚਿਤ ਕਰਨਾ ਚਾਹੁੰਦਾ ਗਾ ਵੀ ਜਦੋਂ ਤੁਸੀਂ ਏਟੀਐਮ ਜਾਂਦੇ ਹੋਗੇ ਇਹਨਾਂ ਛਤਰ ਦਿਮਾਗ ਦੇ ਵਿਅਕਤੀਆਂ ਤੋਂ ਬਚ ਕੇ ਰਹੋ ਅਤੇ ਇਹਨਾਂ ਨੂੰ ਏਟੀਐਮ ਨਾ ਫੜਾਇਆ ਜਾਵੇ। ਆਪਦੇ ਪੈਸੇ ਆਪ ਕਢਾਓ, ਕਿਸੇ ਦੀ ਮਦਦ ਨਾ ਲਓ। ਅੱਜ